ਗੁਰਾਇਆ ਵਿਖੇ ਚੋਰਾਂ ਦਾ ਕਹਿਰ ਲਗਾਤਾਰ ਜਾਰੀ ਹੈ ਜਿੱਥੇ ਇੱਕ ਦਿਨ ਪਹਿਲਾਂ ਹੀ ਮੁੱਖ ਚੌਂਕ ਦੇ ਬਿਲਕੁਲ ਨੇੜੇ ਇੱਕ ਸੁਨਿਆਰੇ ਦੀ ਦੁਕਾਨ ਵਿੱਚ ਚੋਰ ਕੰਧ ਨੂੰ ਸੇਧਮਾਰੀ ਕਰਕੇ ਦਾਖਲ ਹੋ ਗਏ ਸੀ ਪਰ ਚੌਂਕੀਦਾਰ ਦੇ ਆਉਣ ਕਾਰਨ ਅਤੇ ਰੌਲਾ ਪਾਉਣ ਕਰਕੇ ਚੋਰ ਫਰਾਰ ਹੋ ਗਏ ਹੁਣ ਰੋੜਕਾ ਖੁਰਦ ਰੋਡ 'ਤੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੱਕੀ ਮੋਬਾਈਲ ਦੇ ਮਾਲਕ ਅਤੇ ਪਿੰਡ ਢੀਂਸਾ ਦੇ ਸਰਪੰਚ ਹਰਬੰਸ ਸੰਧੂ ਨੇ ਦੱਸਿਆ ਕਿ ਲੱਕੀ ਮੋਬਾਈਲ ਸ਼ਾਪ ਸੌਰਵ ਟੈਲੀਕਾਮ ਅਤੇ ਕੀਰਤ ਕਰਿਆਨਿਆਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦੇ ਹੋਏ ਸ਼ਟਰ ਤੋੜ ਕੇ ਇਹਨਾਂ ਦੀ ਦੁਕਾਨ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਜਿਨ੍ਹਾਂ 'ਚ ਇੱਕ ਦੀ ਦੁਕਾਨ ਵਿੱਚ 4,000 ਦੇ ਕਰੀਬ ਦੀ ਨਕਦੀ ਅਤੇ ਇੱਕ ਦੁਕਾਨ ਦੇ ਵਿੱਚ 5,000 ਰੁਪਏ ਦੀ ਨਕਦੀ ਸੀ ਜੋ ਚੋਰ ਲੈ ਕੇ ਫਰਾਰ ਹੋ ਗਏ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਨੇ ਇੱਥੇ ਗਸ਼ਤ ਨਹੀਂ ਵਧਾਈ ਜਿਸ ਕਾਰਨ ਮੁੜ ਤੋਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਮੇਰੀ ਲੱਕੀ ਮੋਬਾਈਲ ਸ਼ੋਪ ਆ ਬੜਾ ਪਿੰਡ ਰੋਡ 'ਤੇ ਅੱਜ ਮੈਨੂੰ ਸਵੇਰੇ 3:30 ਵਜੇ ਪੁਲਿਸ ਵਾਲੇ ਦੀ ਕਾਲ ਆਈ ਆ ਉਹਨਾਂ ਨੇ ਕਿਹਾ ਕਿ ਤੁਹਾਡੇ ਸ਼ਟਰ ਚੱਕੇ ਹੋਏ ਆ ਛੇਤੀ ਦੁਕਾਨ 'ਤੇ ਆਓ ਅਤੇ ਮੈਂ ਨਾਲ ਹੀ ਦੁਕਾਨ 'ਤੇ ਆ ਗਿਆ ਅਤੇ ਦੇਖਿਆ ਸ਼ਟਰ ਚੱਕੇ ਹੋਏ ਸੀ ਮੇਰੇ ਅਤੇ ਮੇਰਾ ਅੰਦਰ ਜਾ ਕੇ ਮੈਂ ਜਦੋਂ ਦੇਖਿਆ ਗੰਨੇ ਦੇ ਵਿੱਚੋਂ ਨਕਦੀ ਗਾਇਬ ਸੀ ਅਤੇ ਸਮਾਨ ਮੇਰਾ ਪੂਰਾ ਹੀ ਆ ਸਮਾਨ ਨਹੀਂ ਲੈ ਕੇ ਗਿਆ ਨਕਦੀ ਕਿੰਨੀ ਨਕਦੀ 4-5,000 ਰੁਪਈਆ ਸੀਗਾ ਮੇਰਾ ਗੱਲੇ ਦੇ ਵਿੱਚ ਅਤੇ ਨਾਲ ਹੀ ਮੇਰੇ ਸ਼ੋਪ ਆ ਭਾਜੀ ਹੋਣਾਂ ਦੀ ਕਰਿਆਨੇ ਦੀ ਕੀਰਤ ਸਟੋਰ ਆ ਜਿੰਨਾ ਸਟੋਰ ਅਤੇ ਇਹਨਾਂ ਦਾ ਵੀ ਨਕਦੀ ਲੈ ਗਏ ਆ ਗੱਲੇ ਦੇ ਵਿੱਚੋਂ ਅਤੇ ਨਾਲ ਇਹਨਾਂ ਦੀ ਕਿੰਨੀ ਨਕਦੀ ਸੀ ਇਹਨਾਂ ਦੀ 5,000 ਰੁਪਈਆ ਸੀਗਾ ਅਤੇ ਨਾਲ ਹੀ ਇੱਕ ਏਅਰਟੈਲ ਸਟੋਰ ਆ ਮੇਰੇ ਭਰਾ ਦਾ ਅਤੇ ਉਹਨਾਂ ਦੀ ਨਕਦੀ ਲੈ ਗਏ ਗੱਲੇ 'ਚੋਂ ਉਹਨਾਂ ਦਾ ਚਲੋ 1,000-1,500 ਰੁਪਈਆ ਸੀਗਾ ਪਰ ਫਿਰ ਵੀ ਨੁਕਸਾਨ ਤਾਂ ਹੋਇਆ ਜੀ ਨਾ ਅੱਜ ਤੜਕ ਸਾਰ ਕੋਈ 4:30 ਵਜੇ ਦੇ ਕਰੀਬ ਤਿੰਨਾਂ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਿਹੜੇ ਕਿ ਤਿੰਨੇ ਹੀ ਮਾਲਕ ਦੁਕਾਨਾਂ ਦੇ ਮੇਰੇ ਬੈਕ ਸਾਈਡ 'ਤੇ ਖੜ੍ਹੇ ਆ ਨਾਲ ਹੀ ਮੇਰੀ ਵੀ ਦੁਕਾਨ ਆ ਅੱਗੇ ਅੱਜ ਤੋਂ ਕੁਝ ਸਮਾਂ 2 ਮਹੀਨੇ ਪਹਿਲਾਂ ਇਹ ਦੋਵੇਂ ਦੁਕਾਨਾਂ 'ਤੇ ਚੋਰੀ ਹੋਈ ਸੀ ਇਸ ਦੁਕਾਨ 'ਤੇ ਅਤੇ ਨਾਲ ਦੀ ਦੁਕਾਨ 'ਤੇ ਹੁਣ ਫਿਰ ਤਿੰਨਾਂ ਦੁਕਾਨਾਂ 'ਤੇ ਇੱਥੇ ਚੋਰੀ ਹੋਈ ਆ ਜਿਹੜਾ ਕਿ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਕਿਹਾ ਸੀਗਾ ਕਿ ਇੱਥੇ ਗਸ਼ਤ ਵਧਾਈ ਜਾਵੇ ਲੇਕਿਨ ਗਸ਼ਤ ਵਧਾਉਣ ਦੀ ਬਜਾਏ ਦੁਬਾਰਾ ਦੂਜੀ ਵਾਰ ਚੋਰੀ ਇਸੇ ਸਾਈਡ 'ਤੇ ਹੋ ਗਈ ਆ ਪਹਿਲਾਂ ਇਹ ਦੋ ਦੁਕਾਨਾਂ ਹੁਣ ਇੱਧਰ ਤਿੰਨਾਂ ਦੁਕਾਨਾਂ ਚੋਰੀ ਹੋਈ ਆ ਸਾਡੀ ਫਿਰ ਵੱਧ ਤੋਂ ਵੱਧ ਇਹੀ ਬੇਨਤੀ ਹੈ ਕਿ ਇੱਧਰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਇੱਧਰ ਗਸ਼ਤ ਵਧਾਈ ਜਾਵੇ ਤਾਂ ਜੋ ਕਿਸੇ ਵੀ ਗਰੀਬ ਦਾ ਨੁਕਸਾਨ ਨਾ ਹੋਵੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਇਹ ਦੇਖੋ ਇਹ ਡਬਲ ਸ਼ਟਰ ਆ ਡਬਲ ਸ਼ਟਰ 'ਤੇ ਕਿੰਨੀ ਮਿਹਨਤ ਆ ਅੰਦਰੋਂ ਨਕਦੀ ਵੀ ਚੁੱਕ ਲਗਾਏ ਆ ਤੁਸੀਂ ਉਸ ਦੁਕਾਨ ਦਾ ਗੱਲਾ ਹੀ ਚੁੱਕ ਕੇ ਲੈ ਗਏ ਆ ਤੀਜੀ ਦੁਕਾਨ ਦੇ ਤਾਲੇ ਤੋੜ ਗਏ ਉੱਥੋਂ ਵੀ ਨਕਦੀ ਚੁੱਕ ਕੇ ਲਗਾਏ ਆ ਸਾਰਾ ਸਮਾਨ ਹੁੰਦਾ ਰਿਹਾ ਕੁੱਲ ਕਿੰਨੀ ਕੁ 1,000 ਰੁਪਈਆ ਪਲੱਸ ਆ ਬਾਈ ਕਿੰਨੇ ਦੁਕਾਨਾਂ ਬਾਈ